ਆਪਾਂ ਪਟਿਆਲਾ ਅਖਬਾਰ ਮਾਰਕੀਟ ਆਪਣੇ ਥੋੜ੍ਹਾ ਜਿਹਾ ਸਮਾਨ ਬਦਲਾਂ ਦੀਗਾ ਆਪਾਂ ਲੈ ਕੇ ਗਏ ਤੇ ਥੋੜ੍ਹਾ ਜਿਹਾ ਟਾਈਮ ਪਹਿਲਾਂ ਮੈਂ ਉਹ ਵੀਡੀਓ ਅਪਲੋਡ ਨਹੀਂ ਕਰ ਪਾਇਆ ਕੋਸ਼ਿਸ਼ ਕਰਦਾ ਉਹ ਵੀ ਅਪਲੋਡ ਕਰ ਦਿੰਦੇ ਹਾਂ ਬਾਕੀ ਆਪਾਂ ਪਹੁੰਚ ਗਏ ਕੁਹਾੜੀਆ ਮਾਰਕੀਟ ਆਪਾਂ ਦਿਖਾਉਣਾ ਬਾਕੀ ਲੈ ਕੇ ਨਾ ਆਓ ਜਿੰਨਾ ਹੋ ਸਕਦਾ ਮੋਟਰਸਾਈਕਲ 'ਤੇ ਆਉਣ ਦੀ ਕੋਸ਼ਿਸ਼ ਕਰੋ ਕਿਉਂਕਿ ਭੀੜ ਬੜੀ ਹੈ ਇੱਕ ਗੰਦ ਬਹੁਤ ਆ ਵੀਰੇ ਉਰੇ ਗੱਡੀ 'ਚੋਂ ਤਾਂ ਨਿਕਲਣ ਨੂੰ ਵੀ ਨਹੀਂ ਜਗ੍ਹਾ ਮਿਲਦੀ ਨਾ ਪਾਰਕਿੰਗ ਆ ਉਰੇ ਇੰਨੀ ਵਧੀਆ ਜੇ ਖੜਾ ਜਾਂਦੇ ਹਾਂ ਕਿ ਟਿਕਟ ਡਰ ਰਹਿੰਦਾ ਵੀ ਸਾਲੇ ਦਾ ਕੁਛ ਕਹੋ ਕੇ ਕੋਈ ਖੋਲ੍ਹ ਕੇ ਹੀ ਨਾ ਲੈ ਜੇ ਬਾਕੀ ਆਪਾਂ ਅੱਗੇ ਚੱਲਦੇ ਹਾਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਕੰਨੇ ਦੀ ਟਰਾਲੀ ਜਾ ਵਿੱਚ ਲਾਲ ਹਿਨੂ ਨੇ ਸਾਰੇ ਹੀ ਜੰਨੇ ਕਿਸੇ ਨੂੰ ਵੀ ਚਾਹੀਦੇ ਹੋਣ 554 ਨੰਬਰ ਦੁਕਾਨ 'ਤੇ ਆ ਕੇ ਲੈ ਸਕਦਾ ਆਹ ਟੈਂਕੀਆਂ ਟੂੰਕੀਆਂ ਟਰੱਕਾਂ ਦਾ ਸਾਰਾ ਸਮਾਨ ਮਿਲੂਗਾ ਐਕਸਲੋ ਉਕਸਲੋਰੋਂ ਸਭ ਕੁਛ ਮਿਲ ਜਾਏਗਾ ਜੋ ਮਰਜ਼ੀ ਲੈ ਲਿਓ ਬਾਕੀ ਅੱਗੇ ਚੱਲਦੇ ਆਪਾਂ ਮਾਰਕੀਟ 'ਚ ਤੁਹਾਨੂੰ ਹੋਰ ਵੀ ਚੀਜ਼ਾਂ ਦਿਖਾਉਂਦੇ ਹਾਂ ਇਹ ਬੰਬਾਂ ਵਾਲੇ ਹੁੰਦੇ ਨੇ ਬੰਬਾਂ ਦੇ ਗੋਲੀਆਂ ਵਾਲੇ ਇੱਕ ਆਪਣੇ ਆਹ ਜੈਕਲ ਆ ਆਹ ਬੰਬਾਂ ਵਾਲੇ ਬੈਗ ਹੁੰਦੇ ਨੇ ਟੂਲ ਹੁੰਦੇ ਨੇ ਗੇ ਮੈਨੂੰ ਵੀ ਹੁਣ ਪਤਾ ਲੱਗਿਆ ਪਹਿਲਾਂ ਮੈਨੂੰ ਲੱਗਦਾ ਸੀ ਵੀ ਦੂਏ ਲੋਡ ਮਿਲਟਰੀ ਦੇ ਟੂਲ ਹੁੰਦੇ ਨੇ ਬਾਕੀ ਦਿਖਾਉਣਾ ਤੁਹਾਨੂੰ ਹੋਰ ਚੀਜ਼ਾਂ ਬਾਈ ਆਪਾਂ ਮਾਰਕੀਟ 'ਚੋਂ ਬਾਹਰੇ ਨਿਕਲਿਆ ਇਹ ਰੋਡ ਉੱਪਰ ਚੱਲ ਗਏ ਬਾਕੀ ਹੁਣ ਆਪਾਂ ਸ਼ੀਸ਼ ਮਹਿਲ ਚੱਲਦੇ ਹਾਂ ਚਿੜੀਆ ਘਰ ਚੱਲਦੇ ਹਾਂ ਬਾਕੀ ਦਿਖਾਉਣਾ ਤੁਹਾਨੂੰ ਕੀ ਰੰਗ ਲਾ ਕੇ ਆਉਣੇ ਆ ਆਹ ਦੇਖੋ ਇੱਧਰ ਠਾਣਾ ਗਾ ਇੱਥੇ ਦਾ ਸਕਾਰਪੀਓ ਓ ਹੋਏ ਹੋਏ ਹੋ ਸਕਾਰਪੀਓ ਕਲਾਸਿਕ ਖੜੀ ਆ ਮੈਂ ਉਰੇ ਦੀ ਦਿਖਾ ਨਹੀਂ ਸਕਦਾ ਜਿਵੇਂ ਨਵੀਂ ਨਗੋਰ ਆ ਵਿਚਾਰੀ ਐਕਸੀਡੈਂਟਲ ਖੜੀ ਆ ਇਸੇ ਕਾਰਨ ਵੀਰੇ ਦੇਖ ਕੇ ਚੱਲਣਾ ਚਾਹੀਦਾ ਇੱਕ ਵੀਰੇ ਮੈਂ ਹੋਰ ਗੱਲ ਕਹਿਣਾ ਚਾਹੂੰਗਾ ਭੈਣ ਜੀ ਛੱਡ ਦਿਓ ਗੰਨਾ ਆਪਣੇ ਵੀ ਗੰਨਾ ਵੱਢਿਆ ਪਿਆ ਆਪਾਂ ਚੱਲਦੇ ਹਾਂ ਕੱਲ੍ਹ ਪਰਸੋਂ ਨੂੰ ਕਲਾੜੀ ਦੇ ਆਪਣੇ ਗੰਨਾ ਘਰੀ ਰੱਖ ਲਿਆ ਘਰੇ ਟਰਾਲੀ ਭਰੀ ਖੜੀ ਆ ਆਪਣੇ ਨਾਲ ਤਾਂ ਟਰੈਕਟਰ ਖੋਲਿਆ ਹੋਇਆ ਆਪਣੇ ਨਾਲ ਤਾਂ ਜਾਣਾ ਨਹੀਂ ਹੈਗਾ ਆਪਾਂ ਤਾਏ ਵਾਲਾ ਟਰੈਕਟਰ ਲੈ ਚੱਲਾਂਗੇ ਉਹਦੇ ਨਾਲ ਗੰਨਾ ਲੈ ਚੱਲਾਂਗੇ ਬਾਕੀ ਮਿਲਦੇ ਹਾਂ ਕੱਲ੍ਹ ਨੂੰ ਤੁਹਾਨੂੰ ਕਲਾੜੀ ਵੀ ਦਿਖਾਵਾਂਗੇ ਵੀ ਕਿਵੇਂ ਚੱਲਦਾ ਇੱਧਰ ਮੱਛੀ ਮਾਰਕੀਟ ਲੱਗੀ ਹੋਈ ਆ ਦੇਖ ਲਓ ਗਾਇਸ ਮੱਛੀ ਖਾ ਲਓ ਮੱਛੀ ਬਾਬਿਓ ਚਿੜੀਆ ਘਰ ਆ ਅੱਧਾ ਪਿੱਛੇ ਲੰਘ ਗਿਆ ਆਹ ਉਰੇ ਦਾ ਨਾਲਾ ਉੱਪਰ ਮੰਦਰ ਫਿਰਦੇ ਨੇ ਦੇਖੋ ਕਿੰਨਾ ਘੈਂਟ ਵਿਊ ਆ ਆਪਣੀ ਥੋੜ੍ਹੀ ਜਿਹੀ ਸਪੋਰਟ ਕਰੋ ਆਪਾਂ ਨੂੰ ਯੂਟਿਊਬ ਤੋਂ ਅਰਨਿੰਗ ਹੋਣ ਲੱਗੇ ਉਹ 10 ਤਰੀ ਆਹ ਦੇ ਆ ਗਿਆ ਆਹ ਦੇਖੋ ਜੀ ਆ ਗਏ ਆਪਾਂ ਮੋੜ ਲਾ ਲਓ ਜੀ ਬਾਬਿਓ ਆਪਾਂ ਚਿੜੀਆ ਘਰ ਦੀ ਗੇਟ ਅੰਦਰ ਵੜ ਚੁੱਕੇ ਹਾਂ ਤੁਸੀਂ ਮਾਹੌਲ ਚਾਲ ਦੇਖ ਸਕਦੇ ਹੋ ਅੰਦਰ ਦਾ ਕਿੰਨਾ ਘੈਂਟ ਬਣਿਆ ਹੋਇਆ ਆਹ ਬਾਂਦਰ ਬੁੰਦਰ ਬੈਠੇ ਨੇ ਅੱਜ ਬਹੁਤ ਅਫਸੋਸ ਦੀ ਗੱਲ ਆ ਵੀਰੇ 26 ਜਨਵਰੀ ਆ ਯਾਰ ਸਾਡੇ ਘਰ ਚਿੜੀਆ ਘਰ ਹੀ ਬਣਦਾ ਹੁਣ ਤੁਸੀਂ ਦੱਸੋ ਵੀ ਅਸੀਂ ਕੀ ਕਰ ਸਕਦੇ ਹਾਂ ਸਾਡਾ ਮਨ ਬੜਾ ਰੋਇਆ ਜੀ ਇਹਦੀ ਸੁਣਵਾਈ ਹੈਗੇ ਤਾਂ ਆਪਾਂ ਪਟਿਆਲੇ ਕੋਲ ਦੇ ਹੀ ਹਾਂ ਫਿਰ ਵੀ ਔਖਾ ਤਾਂ ਹੋਈ ਜਾਂਦਾ ਆਹ ਮੇਰੇ ਨਾਲ ਭਰਾ ਮੇਰੇ ਮਾਮੇ ਦੇ ਮੁੰਡੇ ਮਲੇਰਕੋਟ ਦੇ ਤਾਂ ਚੱਲ ਗਿਆ ਸਪੈਸ਼ਲ ਹੁਣ ਦੇਖ ਲਓ ਤੁਸੀਂ ਬਾਕੀ ਕੀ ਕਹਿ ਸਕਦੇ ਹੁਣ ਸਾਡੇ ਵਾਸਤੇ ਇਕੱਲਿਆਂ ਵਾਸਤੇ ਨਹੀਂ ਹੈਗਾ ਸਾਰੇ ਵਾਸਤੇ ਬਣਦਾ ਅੱਗੇ ਕਹਿੰਦੇ ਤੁਸੀਂ ਦਰਗਾਹ ਤੱਕ ਜਾ ਸਕਦੇ ਹੋ ਬਸ ਇਕੱਲੇ ਬਾਕੀ ਹੁਣ ਦੇਖਦੇ ਹਾਂ ਦਰਗਾਹ 'ਤੇ ਜਾ ਕੇ ਕੀ ਬਣਦਾ ਮਾਹੌਲ ਚਾਲ ਆਹ ਅੱਗੇ ਗੇਟ ਆ ਗਿਆ ਜੇ ਆਇਆ ਉਹਨੂੰ ਪਟਿਆਲਾ ਜੂ ਪਟਿਆਲਾ ਦੇਖੋ ਬਾਕੀ ਪੁੱਛਦੇ ਹਾਂ ਯਾਰ ਅੰਦਰ ਜਾ ਸਕਦੇ ਆਪਾਂ ਉਰੇ ਦੀ ਆਹ ਲਓ ਆਪਾਂ ਪੁੱਠੇ ਰਾਹ ਪੈ ਗਏ ਜੀ ਬਚ ਗਿਆ ਕੰਮ ਆਪਾਂ ਉਰੇ ਮੁੜ ਕੇ ਪਹਿਲਾਂ ਆਪਾਂ ਅੰਦਰ ਨੂੰ ਹੋ ਗਏ ਤੇ ਜੰਗਲ ਦੇ ਜ਼ਿਆਦੇ ਕੰਮ ਜ਼ਿਆਦੇ ਖਰਾਬ ਹੋ ਜਾਂਦਾ ਜੇ ਕਿਸੇ ਨੇ ਬਾਬਿਓ ਵੀਡੀਓ ਸ਼ੂਟ ਕਰਨੀ ਹੋਵੇ ਪਨਾਮਾ ਦੇ ਜੰਗਲਾਂ ਵਾਲੀ ਤਾਂ ਉਰੇ ਜ਼ਰੂਰ ਆ ਕੇ ਸ਼ੂਟ ਕਰਕੇ ਤੇ ਉਹ ਵੀਰੇ ਆਪਾਂ ਟੋ 'ਚ ਨੂੰ ਪਾ ਲਾਂਗੇ ਦੇਖ ਟੋ ਕਰ ਲਾਂਗੇ ਇੱਕ ਦੂਜੇ ਨੂੰ ਉਰੇ ਬਾਬੇ ਨਜ਼ਾਰਾ ਬੜਾ ਦੇਖੋ ਸਵਾਦ ਆ ਗਿਆ ਜ਼ਿੰਦਗੀ ਦਾ ਸਵਾਦ ਤਾਂ ਉਰੇ ਆ ਗਿਆ ਊਂ ਸਵਾਦ ਕਿੱਥੇ ਆ ਕਦੇ ਵਿਹਲੇ ਹੋ ਗਏ ਘੁੰਮਣਾ ਫਿਰਨਾ ਵੀ ਜ਼ਰੂਰੀ ਆ ਇੱਥੇ ਸਾਰਾ ਕੁਛ ਚੱਲਦਾ ਜੀ ਬਾਬਿਓ ਆਪਾਂ ਦਰਗਾਹ ਕੋਲ ਪਹੁੰਚਣ ਵਾਲੇ ਹਾਂ ਆਹ ਵਾ ਮੁੜ ਕੇ ਉਹ ਦਰਗਾਹ ਹੈਗੀ ਅੱਗੇ ਬਾਬੇ ਦੀ ਬਾ ਪਹੁੰਚ ਗਿਆ ਦੇਖੋ ਦਰਗਾਹ 'ਤੇ ਪਹੁੰਚ ਗਏ ਹੁਣ ਸਾਡੀ ਸਲਾਹ ਦਰਗਾਹ ਦੇ ਅੰਦਰ ਜਾਣ ਦੀ ਵੀ ਅੰਦਰ ਜਾਣ ਦੀ ਹੈਗੀ ਵੀ ਨਹੀਂ ਬਾਕੀ ਦੇਖਦੇ ਹਾਂ ਕੀ ਬਣਦਾ ਆ ਲਓ ਬਾਬਿਓ ਹੁਣ ਕੀ ਕਹੀਏ ਸੀ ਅੰਦਰੋਂ ਤਾਂ ਬੰਦ ਸੀਗਾ ਬਸ ਤੁਹਾਨੂੰ ਬੱਤਕਾਂ ਦਿਖਾ ਦਿੰਦੇ ਹਾਂ ਬਸ ਹੁਣ ਤਾਂ ਇਕੱਲੀਆਂ ਬੱਤਕਾਂ ਹੀ ਨਿਕਲੀਆਂ ਸਾਹਮਣੇ ਗੇਟ ਵੀ ਆ ਬਸ ਨਿਕਲਣ ਨੂੰ ਹੀ ਤਿਆਰ ਹਾਂ ਆਪਾਂ ਹੁਣ ਆਹ ਦੇਖ ਲਓ ਬੱਤਕਾਂ ਦੇਖ ਸਕਦੇ ਹੋ ਤੁਸੀਂ ਭਾਈ ਆਹ ਲਓ ਉੱਤਰ ਕੇ ਦਿਖਾਉਣੇ ਆ ਤੁਹਾਨੂੰ ਆਪਾਂ ਆਹ ਲਓ ਤੁਸੀਂ ਦੇਖ ਸਕਦੇ ਹੋ ਬੱਤਕਾਂ ਹੀ ਨੇ ਹੋਰ ਤਾਂ ਆਪਾਂ ਨੂੰ ਉਰੇ ਕੇ ਮਿਲਣਾ ਸੀ ਅੱਜ ਤਾਂ ਆਪਾਂ ਅੰਦਰ ਜੂ ਦੇਖਣ ਦੇ ਉਹ ਤਾਂ ਆਪਾਂ ਨੂੰ ਕੁਛ ਮਿਲਿਆ ਹੀ ਨਹੀਂ ਹੈਗਾ ਬਾਕੀ ਬਾਬਿਓ ਬੜੀ ਨਿਰਾਸ਼ਾ ਨਾਲ ਕਹਿਣਾ ਪੈ ਰਿਹਾ ਸੀ ਸਮੈਲ ਵੀ ਮੁਰੰਮਤ ਕਾਰਨ ਬੰਦ ਹੈ
ਬੜੇ ਬੜੇ ਬੰਦਿਆਂ ਨੇ ਅੱਖਰ ਇੱਥੇ ਫਵਾਰਾ ਚੌਂਕ ਨਹੀਂ ਹੈਗਾ ਇਹ ਦੂਆ ਚੌਂਕ ਆ ਬਾਕੀ ਮਾਹੌਲ ਚੱਲ ਦੇਖ ਸਕਦੇ ਆਪਾਂ ਹੁਣ ਜਲਦ ਹੀ ਫਵਾਰੇ ਚੌਂਕ ਕੋਲੇ ਪੁੱਜਣ ਵਾਲੇ ਹਾਂ ਵਾਪਸ ਜਾ ਰਹੇ ਹਾਂ ਆਪਾਂ ਉਹ ਭਰਾਵਾ ਭਰਾਵਾ ਸਾਈਡ 'ਤੇ ਬਾਕੀ ਪਹੁੰਚਣ ਵਾਲੇ ਆਪਸ ਨੂੰ ਦਿਖਾਉਂਦੇ ਹਾਂ ਮਾਹੌਲ ਚਾਲ ਅੱਜ ਤਾਂ ਮਾੜੀ ਹੋਈ ਨਾ ਤਾਂ ਪਤੰਗ ਜੋ ਹਟਾਉਣ ਜੋਗੇ ਰਹੇ ਬਸੰਤ ਪੰਚਮੀ ਕਾਰਨ ਨਾ ਕੁਛ ਦੇਖਣ ਜੋਗੇ ਰਹੇ ਸਾਨੂੰ ਪਤਾ ਹੁੰਦਾ ਵੀ ਬੰਦ ਨੇ ਫਿਰਤਾ ਅਸੀਂ ਕਿੱਥੇ ਆਉਂਦੇ ਸੀਗੇ ਇੱਧਰ ਹੀ ਆਹ ਕਾਲਜ ਆਹ ਦੇਖੋ ਇੱਧਰ ਕਾਲਜ ਹੈਗਾ ਬਹਾਦਰਗੜ੍ਹ ਦਾ ਕਿਲ੍ਹਾ ਖਾਨੀ ਕਾਲਜ ਆ ਮੈਨੂੰ ਇੰਨਾ ਨਹੀਂ ਪਤਾ ਹੈਗਾ ਮੇਰੇ ਹਿਸਾਬ ਨਾਲ ਕਿਲ੍ਹਾ ਕੋਈ ਆ ਕੋਈ ਇਹ ਤੱਕ ਮੇਰੀ ਨੌਲੇਜ ਆ ਬਾਕੀ ਦੇਖੋ ਮਾਹੌਲ ਚੱਲ ਸ਼ਾਂਤ ਬੜਾ ਬਈ ਪਟਿਆਲੇ ਦਾ ਮਾਹੌਲ ਇੱਕ ਗੱਲ ਮੰਨਣੀ ਪਏਗੀ ਸ਼ੋਰ ਸ਼ਰਾਬਾ ਘੱਟਦਾ ਹੋਵੇ ਬਾਕੀ ਚੱਲਦੇ ਹਾਂ ਅੱਗੇ ਦੇਖਦੇ ਹਾਂ ਕੀ ਬਣਦਾ ਜੇ ਆਪਣੇ ਇੱਕ ਦੋ ਕੰਮ ਰਹਿ ਗਏ ਉਹ ਵੀ ਪੂਰੇ ਕਰਦੇ ਹਾਂ